ਮੈਨੂੰ ਇੱਕ ਵੱਡੀ ਚੀਜ਼ ਦਾ ਛੋਟਾ ਹਿੱਸਾ ਹੋਣਾ ਬਹੁਤ ਮਾਣ ਵਾਲੀ ਗੱਲ ਹੈਗੀ ਹੈ ਕਿ ਐਡੇ ਵੱਡੇ ਪ੍ਰੋਜੈਕਟ ਦਾ ਇੱਕ ਛੋਟਾ ਹਿੱਸਾ ਮੈਂ ਹੈਗੀ ਹਾਂ, ਪਰ ਮੈਨੂੰ ਉਹ ਹਿੱਸਾ ਹੋਣਾ ਮਤਲਬ ਬਹੁਤ ਵੱਡਾ ਹੈ, ਕਿਉਂਕਿ ਮੇਰੇ ਤੋਂ ਹੀ ਸਾਰੀ ਫਿਲਮ ਦਾ ਕੰਫਲਿਕਟ ਹੈ। ਠੀਕ ਹੈ, ਅਤੇ ਚਾਹੇ ਛੋਟਾ ਹਿੱਸਾ ਪਰ ਮੈਨੂੰ, ਮੈਂ ਥੈਂਕਸ ਕਰਦੀ ਹਾਂ ਟੀਮ ਦਾ, ਪ੍ਰੋਡਿਊਸਰਸ ਦਾ, ਅਤੇ ਮੈਨੂੰ ਬਹੁਤ ਚੰਗਾ ਲੱਗਿਆ ਇਸ ਫਿਲਮ ਦੇ ਵਿੱਚ ਕੰਮ ਕਰਕੇ। ਵੀਰੇ ਗਿਆ, ਵੀਰੇ ਉਹਨਾਂ ਨਾਲ ਮੈਂ ਫਸਟ ਟਾਈਮ ਕੀਤਾ ਕੰਮ, ਸ਼ਰਨ ਨਾਲ, ਅਮਨ ਉਹਨਾਂ ਨਾਲ ਪਹਿਲਾਂ ਕੰਮ ਕੀਤਾ ਹੋਇਆ, ਸੋ ਸਾਰਿਆਂ ਨਾਲ ਕੰਮ ਕਰਕੇ ਬਹੁਤ ਵਧੀਆ ਲੱਗਿਆ। ਫਿਲਮ ਬਹੁਤ ਸੋਹਣੀ ਬਣੀ ਹੈ। ਉੱਥੇ ਬੈਠ ਕੇ ਮਤਲਬ ਇੰਦਰ ਭਾਅ ਜੀ ਨਾਲ ਜਦੋਂ ਗੱਲਾਂ ਕਰਦੀ ਸੀ ਤਾਂ ਕਾਫੀ ਸਾਰੀਆਂ ਚੀਜ਼ਾਂ ਇਹਨਾਂ ਤੋਂ ਸਿੱਖਣ ਨੂੰ ਮਿਲੀਆਂ। ਮੈਂ ਪਹਿਲਾਂ ਨਹੀਂ ਜਾਣਦੀ ਸੀ ਭਾਅ ਜੀ ਨੂੰ, ਅਤੇ ਮਤਲਬ ਮੈਂ ਫਸਟ ਟਾਈਮ ਮਿਲੀ ਸੀ ਜਦੋਂ ਇਹਨਾਂ ਦਾ ਕਾਲ ਆਇਆ ਸੀਗਾ ਕਿ ਇੱਦਾਂ ਫਿਲਮ ਕਰਨੀ ਹੈ, ਅਤੇ ਮੈਨੂੰ ਇਹਨਾਂ ਨੇ ਦੱਸਿਆ ਕਿ ਹੈਗਾ ਤਾਂ ਕੰਮ ਥੋੜ੍ਹਾ ਹੈ, ਪਰ ਇੱਦਾਂ ਮੈਂ ਕਿਹਾ ਭਾਅ ਜੀ ਗੱਲ ਕੰਮ ਥੋੜ੍ਹੇ ਵਾਲੀ ਨਹੀਂ, ਕਿ ਇੱਕ ਸੀਨ ਵੀ ਹੈ ਭਾਵੇਂ ਉਹ ਕਿੰਨਾ ਕਿ ਛੋਟਾ ਹੈ ਬਟ ਉਹ ਇੰਪੋਰਟੈਂਟ ਕਿੰਨਾ ਹੈ। ਸੋ ਮੈਨੂੰ ਬਹੁਤ ਚੰਗਾ ਲੱਗਿਆ ਇਸ ਫਿਲਮ ਦਾ ਹਿੱਸਾ ਬਣ ਕੇ। ਥੈਂਕ ਯੂ ਸੋ ਮੱਚ। ਸੋ ਹੁਣ ਮੀਡੀਆ ਦੇ ਜੇ ਕੋਈ ਸਵਾਲ ਹੈ ਤਾਂ ਪੁੱਛ ਸਕਦੇ ਹਾਂ। ਸ਼ੁਰੂ ਤੋਂ ਲੈ ਕੇ ਐਂਡ ਤੱਕ ਕਿੱਦਾਂ ਆਪਣੇ ਬ੍ਰਦਰ ਦੇ ਨਾਲ ਰਹਿੰਦੇ, ਹਾਲਾਂਕਿ ਉਹਦੀ ਲਾਈਫ ਦੇ ਵਿੱਚ ਵੀ ਬਹੁਤ